ਆਪਣੇ ਘਰ ਚ ਬੈਠੇ ਟੈਲੀਫੋਨ ਦੀ ਬੈਲ ਲੇਟਰ ਆਪਣੀ ਬੀਵੀ ਨੇ ਕਹਿੰਦਾ ਮੇਰਾ ਕੋਈ ਬੱਚੇ ਲੋਕੀ ਘਰ ਨੀਗਾ ਮੇਰੀ ਬੀਵੀ ਨੇ ਫੋਨ ਚ ਕਿਹਾ ਹੈਲੋ ਕਹਿੰਦੀ ਹਾਲੀ ਘਰ ਹੀ ਹੈ ਉਹਨੂੰ ਕਹਿੰਦਾ ਤੈਨੂੰ ਕਿਹਾ ਸੀ ਨਹੀਂ ਦੱਸਣਾ ਉਹ ਕਹਿੰਦੀ ਮੇਰਾ ਫੋਨ ਸੀ ਛਿੱਟਾ ਨਾ ਪਾ ਪਰਸੀਨਾ ਬਹੁਤ ਆਇਆ ਸ਼ਰਾਰਤੀ ਸ਼ਰਾਰਤੀ ਦਾਦੀ ਮੇਰੀ ਆ ਗਈ ਸ਼ਰਾਰਤੀ ਸ਼ਰਾਰਤੀ ਵੱਡਾ ਹੋ ਗਿਆ ਹੁਣ ਛਿੱਟਾ ਹੋ ਗਈਆਂ ਇੰਗਲੈਂਡ ਗਿਆ ਤਿੰਨ ਸਾਲ ਬਾਅਦ ਵਾਪਸ ਆਇਆ ਹੈ ਅੱਛਾ ਘਰ ਹੈ ਤਾਂ ਕੋਈ ਬੀਵੀ ਜੀ ਨੇ ਕਿਹਾ ਤੁਹਾਡੇ ਘਰ ਪੁੱਤਰ ਹੋਇਆ ਕਹਿੰਦਾ ਮੈਂ ਬਾਹਰ ਸਾਂ ਤੇ ਪੁੱਤਰ ਪਿੱਛੋਂ ਕਿਵੇਂ ਕਹਿੰਦੀ ਤੁਹਾਡੀ ਫੋਟੋ ਤੇ ਆਇਆ ਸੀ ਨਾ ਤੇ ਅੱਗੋਂ ਆਪਣੀ ਬੀਵੀ ਨੇ ਕਹਿੰਦਾ ਮੈਂ ਏਡਾ ਵੀ ਪਾਗਲ ਨਹੀਂ ਫੋਟੋ ਤੇ ਇੰਨੀ ਇੰਨੀ ਸੀ ਬੜੀ ਦੂਰ ਪੀਨੇ ਡਰਾਮੇ ਵੱਲ ਧਿਆਨ ਕਰ ਤਾਂ ਲੱਗਦਾ ਖਤਮ ਦੀ ਦਰੀ ਇਕੱਠੀ ਹੋਣ ਡੀ ਨੇਹਾ ਕਹਿਣਾ ਨਹੀਂ ਅੱਛਾ ਇਹਦਾ ਗੌਰ ਦਾ ਮੂੰਹ ਵੇਖੋ 30 ਰੁਪਏ ਦਾ ਪੀਜ਼ਾ ਲੱਗਦਾ ਏਡਾ ਇਹਦਾ ਗੌਰ ਦਾ ਮੂੰਹ ਵੇਖੋ ਆਪਣਾ ਉਹ ਤਵੇ ਤੇ ਨੀ ਪਏ ਹੁੰਦੇ ਤੁਸੀਂ ਮੇਰੇ ਨਾਲ ਸ਼ਾਦੀ ਕਰੋ ਕਿਉਂ ਕਿਉਂ ਕੀ ਮਤਲਬ ਬੱਚੇ ਪੈਦਾ ਕਰਾਂਗੇ ਲੈ ਤੁਹਾਡਾ ਕੱਦ ਆਪਣਾ ਬੱਚਾ ਚਿੱਟਾ ਹੈ ਉਹ ਕੱਦ ਦਾ ਕੋਈ ਤਲਕ ਨਹੀਂ ਹੁੰਦਾ ਹਾਂ ਬੀਵੀ ਭਾਵੇਂ 14 ਇੰਚ ਵਾਲੇ ਭਾਵੇਂ 28 ਦਾ ਰਿਮੋਟ ਦੀ ਕੁੰਜ ਹੀ ਹੁੰਦਾ ਹੈ ਮੋੜ ਦਿਆ ਪੁੱਤਰਾ ਇਹ ਗੱਲ ਤੂੰ ਸਾਨੂੰ ਬਾਹਰ ਵੀ ਦੱਸ ਸਕਦਾ ਜੀ ਨਾਈ ਕੋਈ ਸ਼ੇਵ ਕਰਾਉਣ ਗਿਆ ਨਾਈ ਨੂੰ ਕਹਿੰਦਾ ਬਹਿ ਜਾ ਇਹ ਬਹਿ ਗਿਆ ਉਹਨੇ ਪਿਛਲੇ ਨਹੀਂ ਕਰ ਦਿੱਤੀ ਫਟਾਫਟ ਬੜੇ ਬਦਤਮੀਜ਼ ਹੁੰਦੇ ਨੇ ਮੁੰਡੇ ਬੜੇ ਹੀ ਬਦਤਮੀਜ਼ ਹੁੰਦੇ ਨੇ ਮੁੰਡੇ ਬਦਤਮੀਜ਼ ਨਹੀਂ ਹੁੰਦੇ ਮੁੰਡੇ ਇੱਜ਼ਤਦਾਰ ਗੈਰਤਮੰਦ ਹੁੰਦੇ ਕੁੜੀਆਂ ਬਦਤਮੀਜ਼ ਹੁੰਦੀਆਂ ਕੁੜੀਆਂ ਸ਼ਰੀਫ ਹੁੰਦੇ ਨੇ ਮੁੰਡੇ ਬਹੁਤ ਬਦਤਮੀਜ਼ ਹੁੰਦੇ ਕੁੜੀਆਂ ਬਦਤਮੀਜ਼ ਹੁੰਦੀਆਂ ਮੁੰਡੇ ਸ਼ਰੀਫ ਹੁੰਦੇ ਨੇ ਸਾਬਿਤ ਕਰੋ ਪੰਜ-ਛੇ ਕੁੜੀਆਂ ਖਲੋਤੀਆਂ ਮੁੰਡੇ ਵੇਖਦੇ ਕਹਿੰਦੇ ਸੁਭਾਨ ਅੱਲਾ ਮਾਸ਼ਾਅੱਲਾ ਅੱਲਾ ਨਜ਼ਰੇ ਵੱਧ ਤੋਂ ਬਚਾਏ ਤੇ ਕੁੜੀਆਂ ਵੇਖਦੇ ਕਹਿੰਦੇ ਕੁੱਤਾ ਬਗੈਰ ਤਕਮੀਨਾ ਰਾਮਦਾ ਦਾ ਤੈਨੂੰ ਮੇਰਾ ਪਤਾ ਨਹੀਂ ਤੂੰ ਤੂੰ ਲੈ ਰਹੀ ਹੈ ਬਾਬੇ ਨੂੰ ਈਜ਼ੀ ਬਾਬਾ ਪਾਬੰਦੀਆਂ ਦਾ ਸ਼ਿਕਾਰ ਨਾ ਹੋਵੇ ਤੇਰੇ ਛੋਡੇ ਲਾ ਦੇਵੇ